ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਵੇਹਰੇ ਤੁਸੀਂ ਆਪਣਾ ਕਰਵਾਉਣਾ ਚਾਹੁੰਦਾ ਤੇ ਮੈਂ ਤੁਹਾਡਾ ਮੇਜ਼ਬਾਨ ਬਲਾਲ ਅਜ਼ਮਤ ਭਰਾਵਾਂ ਵਾਸਤੇ ਗਾਨਾ ਦੀ ਨਵੀਂ ਤਰ੍ਹਾਂ ਵੀ ਵੀਡੀਓ ਲੈ ਕੇ ਆ ਵੀ ਤਾਂ ਇਨਸ਼ਾਅੱਲਾ ਉਮੀਦ ਕਰਦੇ ਵੀਡੀਓ ਪਸੰਦ ਵੀ ਕਰਦੇ ਹੋ ਲਾਈਕ ਵੀ ਕਰਦੇ ਸ਼ੇਅਰ ਵੀ ਕਰਦੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਦਬਾਉਣਾ ਫਿਰ ਦਬਾ ਲੈਣਾ ਤਾਂ ਸਾਰੀ ਆਰਾਮ ਨਾਲ ਵੀਡੀਓ ਜੇ ਤੁਹਾਡਾ ਬਸਾਨੀ ਪਹੁੰਚ ਸਕੇ ਲੋ ਜੀ ਵੀਡੀਓ ਇਸ ਤਰ੍ਹਾਂ ਦੀ ਬਣਾ ਲੈਣੀ ਆ ਨਵੀਂ ਵੀਡੀਓ ਵਾਰਿਆ ਜੀ ਮੰਗਲ 24 ਜੂਨ 2024 ਜ਼ਿਲ੍ਹਾ ਤਹਿਸੀਲ ਗੁਜਰਾਤ ਪਿੰਡ ਕੰਗਸਾਲੀ ਗੁਜਰਾਤ ਜਿਹੜੀ ਰੋਡ ਨਿਕਲਦੀ ਨਾ ਸਰਗੋਦਾ ਰੋਡ ਸ਼ਹੀਦ ਚੌਕ ਤੋਂ ਉਸ ਰੋਡ ਤੇ ਤਕਰੀਬਨ 26 ਕਿਲੋਮੀਟਰ ਤੇ ਮੁਗੋਵਾਲ ਆਉਂਦਾ ਹੈ ਮੁਗੋਵਾਲ ਦੇ ਨਾਲ ਅਗਲੇ ਪਾਸੇ 3 ਕਿਲੋਮੀਟਰ ਤੇ ਪਿੰਡ ਹੈ ਜੀ ਕੰਗਸਾਲੀ ਮੇਨ ਰੋਡ ਦੇ ਉੱਤੇ ਵੀਡੀਓ ਤੁਸੀਂ ਕੱਲ ਵੀਡੀਓ ਤੱਕੀ ਵੀ ਹੈ ਮੌਲਵੀ ਉਮਰ ਸਾਹਿਬ ਦੀ ਬੱਚਿਆਂ ਦੀ ਅੱਜ ਜਿਹੜੀ ਇਹ ਭਾਈ ਸ਼ਵੇਦ ਸਾਹਿਬ ਦੀ ਵੀਡੀਓ ਹੈ ਇਹਨਾਂ ਨੇ ਮਾਸ਼ਾਅੱਲਾ ਇੱਕ ਗਾਂ ਇੱਕ ਮੱਝ ਤੇ ਇੱਕ ਨਾ ਬਰੀਡਰ ਲੈਣਾ ਵੱਛਾ ਉਹ ਇਨਸ਼ਾਅੱਲਾ ਭਰਾ ਵੇਖੋ ਇਹਦੇ ਤੇ ਮੈਂ ਕਹਿੰਦਾ ਅਸੀਂ ਤਾਂ ਅੱਗੇ ਤੁਸੀਂ ਕਿਹੜੇ ਵੀ ਨਹੀਂ ਵੱਛਾ ਤੱਕੇ ਆਵੇਦਾ ਬਰੀਡਰ ਬਾਕੀ ਭਾਈ ਸ਼ਵੇਦ ਨਾਲ ਗੱਲ ਕਰ ਲੈਂਦੇ ਹਾਂ ਮਾਸ਼ਾਅੱਲਾ ਸੈਟਅਪ ਵੇਖਿਆ ਮਾਸ਼ਾਅੱਲਾ ਇਹਨਾਂ ਦਾ ਬਹੁਤ ਖੂਬਸੂਰਤ ਹੈ ਗਾਵਾਂ ਵੀ ਕੋਈ 10-15 ਗਾਵਾਂ ਨੇ ਉਹ 8-10 ਮੱਝਾਂ ਵੀ ਆਏ ਨੇ ਮਾਸ਼ਾਅੱਲਾ ਬਾਕੀ ਭਾਈ ਨਾਲ ਗੱਲਬਾਤ ਕਰ ਲੈਂਦੇ ਹਾਂ ਅਸਲਾਮ ਅਲੈਕੁਮ ਭਾਈ ਜੀ ਕੀ ਹਾਲ ਹੈ ਜੀ ਅੱਲਾਹ ਦਾ ਸ਼ੁਕਰ ਠੀਕ ਠਾਕ ਮਾਸ਼ਾਅੱਲਾ ਭਾਈ ਜੀ ਅੱਜ 3 ਜਾਨਵਰ ਨੇ ਜਿਹੜੇ ਵੀਡੀਓ ਤੇ ਲੱਗਣੇ ਨੇ ਜੀ ਜੀ ਇੱਕ ਮਾਜੀ ਗਾਂ ਦੇ ਇੱਕ ਵੱਛਾ ਬਰੀਡਰ ਜੀ ਬਰੀਡਰ ਵੱਛਾ ਵੈੜ ਨਾਲੇ ਕੁਰਬਾਨੀ ਤੇ ਵੀ ਲੱਗਦਾ ਹੁਣ ਚੋਗੇ ਹੋਣ ਦੇ ਕਰੀਬ ਹੋ ਗਿਆ ਚਲੋ ਭਰਾਵਾਂ ਨੂੰ ਦੱਸ ਦਿੰਦੇ ਆ ਨਾ ਕੁਰਬਾਨੀ ਵੀ ਲੱਗੇ ਤਾਂ ਉਂਝ ਮਾਸ਼ਾਅੱਲਾ ਬਰੀਡਰ ਹੈ ਪੂਰਾ ਗਾਵਾਂ ਵਾਸਤੇ ਬਰੀਡਰ ਇਹਦੇ ਘੱਟ ਵੈੜ ਹੁੰਦਾ ਜੀ ਘੱਟ ਫੋਨ ਨੰਬਰ ਬੋਲਾਂ ਫਿਰ ਵੀਡੀਓ ਸ਼ੁਰੂ ਕਰੀਏ ਤੁਹਾਡੀ 40 19 12 613 ਇਹਦੇ ਤੇ ਵਟਸਐਪ ਵੀ ਬਣੇ ਆ 27 ਤੇ ਦੂਜਾ ਨੰਬਰ ਜੈਦ ਦਾ ਜਿਹੜਾ ਉਹ ਤੁਹਾਨੂੰ ਫਿਰ ਵੀਡੀਓ ਦੇ ਨਾਲ ਲਿਖਾ ਦਿਆਂ ਚਲੋ ਉੱਤੇ ਲਿਖ ਦਰਾਂ ਜੀ ਉਹ ਟੈਲੀ ਨਾਲ ਜ਼ਿਆਦਾ ਫਿਰ ਸਿਗਨਲ ਨਹੀਂ ਹੁੰਦਾ ਲੇਕਿਨ ਵਟਸਐਪ ਇਸ ਤੇ ਬਣੇ ਆ ਠੀਕ ਹੋ ਗਿਆ ਮਾਸ਼ਾਅੱਲਾ 19 12 613 ਤੇ ਕਿੰਨਾ ਉਚੇਰ ਹੋ ਗਿਆ ਜੇ ਸੈਟਅਪ ਬਣਾਇਆ ਸ਼ੈਡ ਸ਼ੂਡ ਮਾਸ਼ਾਅੱਲਾ ਤਕਰੀਬਨ ਕੋ ਸਾਲ ਡੇਢ ਹੋ ਹੀ ਗਿਆ ਅੱਗੇ ਤੇ ਅਨਕੰਪਲੀਟ ਸੀ ਹੁਣ ਚਲੋ ਥੋੜਾ ਜਿਹਾ ਦਾ ਮੂੰਹ ਸਿਰ ਬਣੇ ਆ ਠੀਕ ਹੈ ਅੱਗੋਂ ਇਨਸ਼ਾਅੱਲਾ ਕੋਸ਼ਿਸ਼ ਕਰਦੇ ਰਹਾਂ 25-30 ਜਾਨਵਰ ਆਏ ਨੇ ਟੋਟਲੀ ਜਾ ਆਇਆ ਜੇ ਪਿੱਛੇ ਛੋਟੀਆਂ ਨੇ ਉਹਨਾਂ ਦਾ ਅਲੱਗ ਸਿਸਟਮ ਹੈ ਇਧਰ ਗਾਵਾਂ ਦਾ ਅਲੱਗ ਹੈ ਕਰੀਏ ਸ਼ੁਰੂ ਜੀ ਸ਼ੁਰੂ ਕਰੋ ਲਿਆਓ ਜੀ ਮਾਈ ਨੰਬਰ 1 ਪਹਿਲੇ ਨੰਬਰ ਤੇ ਮਾਝੀ ਵਹਾਓ ਭਰਾਵਾਂ ਨੂੰ ਸਜਰੀ ਸੂਈ ਹੈ ਇੱਕ ਵਾਰ ਸੱਲੇ ਕਵਾਓ ਭਰਾਵਾਂ ਨੂੰ ਮਾਸ਼ਾਅੱਲਾ ਮਾਈ ਨੰਬਰ ਆ ਗਈ ਇੱਕ ਮਾਸ਼ਾਅੱਲਾ ਕਲਾ ਸਾਹਿਬ ਦੀ ਬੜੀ ਮਾਈ ਭਰਾਵਾਂ ਨੂੰ ਸੱਲੇ ਕਰਵਾਣੀ ਹੈ ਭਾਈ ਸ਼ਵੇਬ ਹੈ ਮਾਈ ਨੇ ਕੀ ਸਵਾਲ ਆਇਆ ਜੀ ਪਹਿਲੇ ਸੋਏ ਸੋਈ ਦੇ ਪਿੱਛੇ ਕੱਟੀ ਸੋ ਪਹਿਲਾ ਸਵਾਲ ਸੁਣੀ ਹੈ ਤੇ ਮਗਰ ਨੂੰ ਕੱਟੀ ਮਾਸ਼ਾਅੱਲਾ ਐਡੀਆਂ ਪਿੱਛੇ ਝੋਟੀਆਂ ਵੇਖਨੇ ਆ ਤੇ ਇਹਨਾਂ ਝੋਟੀਆਂ ਵਿੱਚ ਹੀ ਰਲੀ ਜੀ ਇਹਨਾਂ ਝੋਟੀਆਂ ਵਿੱਚ ਹੀ ਰਲੀ ਮੂੰਹ ਚੂਟ ਛਿੱਕੀ ਹੈ ਚੋਗੀ ਹੈ ਜਵਾਨ ਹੋ ਗਈ ਜਵਾਨ ਹੋ ਗਈ ਤਕਰੀਬਨ 4 ਹੈ ਵੇ ਠੀਕ ਹੈ ਚੋਗੀ ਛਿੱਕੀ ਹੈ ਮੂੰਹ ਚ ਜੀ ਚੋਗੀ ਹੈ ਛਿੱਕੀ ਦਾ ਕਨਫਰਮ ਹੈ ਠੀਕ ਹੈ ਚੋਗੀਆਂ ਛਿੱਕੀਆਂ ਨੇ ਮਾਸ਼ਾਅੱਲਾ ਝੋਟੀ ਚੰਗੀ ਹੈ ਭਰਾ ਸਕਦੇ ਨੇ ਪੇ ਮਾਸ਼ਾਅੱਲਾ ਮਗਰ ਕੱਟੀ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ 25-30 ਦਿਨ ਹੋ ਗਏ ਹੋਣਗੇ ਅੱਛਾ ਸਾਡ ਰਹੀ ਜੀ ਚਰੋਕ ਨਹੀਂ ਤੇ ਮਾਸ਼ਾਅੱਲਾ ਸਾਫ ਹੋ ਗਈ ਇਹਦਾ ਮਤਲਬ ਪੂਰੀ ਆ ਚੰਦ ਦੁੱਧ ਤੇ ਰੇ ਜੀ ਦੁੱਧ ਤੇ ਇਸ ਟਾਈਮ ਆਦਰ ਮੁੱਕਿਆ ਕਿੰਨਾ ਦੁੱਧ ਦੇ ਰਿਹਾ ਚੁੰਦੇ ਹੋ ਫੇ ਤਕਰੀਬਨ 11 ਸਾਢੇ 11 12 ਤੱਕ ਦੋਹਾਂ ਟਾਈਮਾਂ ਦਾ ਦੋਹਾਂ ਟਾਈਮਾਂ ਦਾ ਬੱਚੇ ਨੂੰ ਛੱਡ ਕੇ ਜਾਂ ਸਾਰੇ ਕੋਲ ਬੱਚੇ ਸਮੇਤ 11 12 ਕਿਲੋ ਜੀ ਬਿਲਕੁਲ ਮਾਸ਼ਾਅੱਲਾ ਇਹ ਝੋਟੀਆਂ ਕਿਹੜੇ ਲਾਗੇ ਜਾ ਕੇ ਆਉਂਦੀਆਂ ਆਖੀਆਂ ਜੀ ਇਹ ਝੋਟੀਆਂ ਸਾਡੇ ਇਲਾਕੇ ਦੀਆਂ ਨੇ ਕੋਈ ਨਹੀਂ ਦੂਰ ਦੀਆਂ ਅੱਛਾ ਉਹ ਜੀ ਅੱਛੀ ਨਸਲ ਦੀ ਅੱਛੇ ਰਵੇ ਲਓ ਜੀ ਸਿੱਧਾਬਾਦ ਦੀ ਤੇ ਆਲਟਰਾ ਹੀ ਆਦੇ ਵਾ ਨੀਲੀ ਜਾਂ ਲੁੱਡਣ ਤੋਂ ਜਾ ਕੇ ਆਉਂਦੀਆਂ ਨੇ ਇਹ ਕੋਈ ਨਹੀਂ ਆਉਣ ਲਗਾ ਭਾਜੀ ਤੇ ਕਹਿੰਦੇ ਨੇ ਕਿ ਝੋਟੀਆਂ ਨੇ ਜਿਹੜੀਆਂ ਇੱਥੇ ਆਪਣੇ ਇਲਾਕੇ ਦੀਆਂ ਨਹੀਂ ਇਹਨਾਂ ਵੀ ਲਈਆਂ ਨਸਲੀ ਨੇ ਜੀ ਅੱਛੇ ਰਵੇ ਦੀ ਖੂਬਸੂਰਤ ਤੇ ਸਿੱਧਾਬਾਦ ਦਾ ਰੁਖ ਥੋੜਾ ਅਗਾਂ ਮਖਾਂਦੀ ਹੈ ਬਾਕੀ ਹਰ ਪਾਸੋਂ ਕੋਈ ਨਹੀਂ ਖੂਬਸੂਰਤੀ ਇਹਨਾਂ ਨੇ ਕੋਈ ਸਿੰਗੀ ਸੋਹਣੀ ਮਾਸ਼ਾਅੱਲਾ ਥਣ ਸੋਹਣਾ ਤੇ ਬਾਸਵਰ ਮਾਸ਼ਾਅੱਲਾ
ਫਸਲਤ ਮੂੰਹ ਦੀ ਚੁਆਈ ਦੀ ਕਿਸੇ ਕਿਸਮ ਦਾ ਕੋਈ ਨੁਕਸ ਹੋਵੇ ਸਭ ਚੀਜ਼ ਹੈ ਪੂਰੀ ਜੀ ਪੂਰੀ ਮਾਸ਼ਾਅੱਲਾ ਭਾਈਆਂ ਨੇ ਸੋਹਣਾ ਜਿਹਾ ਮੁੱਲ ਲੈਣਾ ਝੋਟੀ ਦਾ ਕੋਈ ਪਰਾਏ ਨਾ ਕਿਵਾ ਮਗਰ ਕੱਢੀ ਵੀਹਾਂ ਦਿਨਾਂ ਦੀ ਸੁਣੀਏ ਰੱਬ ਮਾਜਨੇ ਮੁਕੰਮਲ ਕਰ ਦੇਣੀਏ ਤੇ 11 ਤੋਂ 12 ਜਦੋਂ ਸਾਰੀ ਮਾਜ ਮਜ਼ਬੂਤ ਹੋਵੇਗਾ ਦੇਖੋ ਜੀ ਇਹ ਵੇਖਣ ਵਾਲੇ ਸਾਡੇ ਨਾਲ ਬਹੁਤ ਸਿਆਣੇ ਨੇ ਉਹ ਪਹਿਚਾਣ ਜਾਣਦੇ ਐਂ ਦਾ ਬੱਚਾ
ਮੈਂ ਵੀ ਪਹਿਲੀ ਵਾਰੀ ਤੱਕਿਆ ਪਾਕਿਸਤਾਨ ਵਿੱਚ। ਪਿਛਲੀਆਂ ਲੱਤਾਂ ਦਾ ਜ਼ਾਵੀਆ ਤੁਸੀਂ ਵੇਖੋ ਨਾ, ਇੰਨੀਆਂ ਲੱਤਾਂ ਪਿਛਲੀਆਂ ਘੱਟ ਸਿੱਧੀਆਂ ਹੁੰਦੀਆਂ ਨੇ ਜੀ। ਲੱਤਾਂ ਵੀ ਤੇ ਮਾਸ਼ਾਅੱਲਾ ਜਿਹੜਾ ਦਾ ਚਿਹਰਾ ਇਹ ਇੱਥੇ ਪਾਕਿਸਤਾਨ ਕਹਿਣ ਦੇ ਬੱਚੇ ਕਿਸੇ ਦਾ ਵੀ ਬਣ ਗਿਆ ਫਰੀਦੀਆਂ ਵਿੱਚ ਹੋਰ ਕਰਾਸ ਆ ਜਾਂਦਾ ਮਾਸ਼ਾਅੱਲਾ। ਇਹਦਾ ਜਿਹੜਾ ਫੇਸ ਨਾ ਇਹ ਉਹ ਚੀਰਦਾ ਮਾਸ਼ਾਅੱਲਾ। ਚਲੋ ਜਿਹੜੇ ਵੀ ਕਿਸੇ ਭਰਾ ਨੂੰ ਬਰੀਡਿੰਗ ਵਾਸਤੇ ਚਾਹੀਦਾ ਆ ਮਾਸ਼ਾਅੱਲਾ ਉਹ ਭਰਾਵਾਂ ਦੇ ਸਾਹਮਣੇ ਕੋਈ ਭਰਾ ਕੁਰਬਾਨੀ ਦੇਣਾ ਚਾਹੀਦਾ ਉਹ ਭਰਾਵਾਂ ਦੀ ਆਪਣੀ ਮਰਜ਼ੀ ਹੈ। ਭਾਈਆਂ ਨੇ ਜਿਹੜਾ ਕੋਈ ਲੈ ਲੈਣਾ ਨਾ ਬੱਚੇ ਦੀ ਸੁਣੀ ਜੀ ਗੱਲ ਸੁਣਾਣੀ ਹੈ ਦਿੱਲੀ ਕੀ ਪੱਖਾ ਨੀ ਲੱਗੇ ਆ ਇੱਥੇ ਖੁੱਲੀ ਫਲਾਜ ਮਾਸ਼ਾਅੱਲਾ ਗਾਵਾਂ ਦੇ ਵਿੱਚ ਬਣੀਤੇ ਹੈਗੇ ਐਤਨਾ ਕੁ ਤੇ ਫਿਰ ਅੱਜ ਕੱਲ ਮੱਝਾਂ ਵੀ ਕਰਦੀਆਂ ਨੇ ਲੱਭੀਆਂ ਬਿਲਕੁਲ ਜਿਹੜੀ ਨਸਲ ਦਾ ਇਹ ਇਸ ਅੱਜ ਕੱਲ ਆਣ ਕੇ ਲੰਮੇ ਪੈ ਜਾਂਦੇ ਕੰਡਾ ਕੋਈ ਨੀ ਉਹ 9-10 ਮਾਣੇ ਦੇ ਕੋਲ ਗੋਸ਼ਤ ਹੋਣਾ ਕੀ ਹੈ ਕਿਉਂ ਇਹਦੇ ਵਿੱਚ ਚਰਬੀ ਕੋਈ ਨੀ ਜੋ ਹੈ ਸਮਾਰਟ ਫੀਟਾ ਇਹ ਹੈ ਨਾ ਪੂਰਾ ਉਹ ਇਸ ਵੇਲੇ ਹੁਣ 900 ਰੁਪਏ ਕਿਲੋ ਹਿਸਾਬ ਲਾਓ ਤੁਸੀਂ ਵੱਡੇ ਗੋਸ਼ਤ ਦਾ ਜੀ ਉਹ 36,000 ਬਣਦਾ ਕੁਰਬਾਨੀ ਦਾ 4-5,000 ਹੋ ਜੀ ਪਤਾ ਮਨ ਵੱਧ ਹੁੰਦਾ ਜੀ ਵੱਧ ਹੁੰਦਾ ਉਸ ਲੈਵਲ ਨਾਲ ਜੀ 4.5 ਦੇ ਨੇੜੇ ਚੋਲ ਜਾਂਦਾ ਠੀਕ ਹੋ ਗਿਆ ਜੀ ਵੱਡੇ ਗੋਸ਼ਤ ਜੀ ਠੀਕ ਬਾਕੀ ਕੋ ਸ਼ੌਕ ਕਰੇ ਕੋ ਕਿਸੇ ਨੂੰ ਪਸੰਦ ਆਉਂਦੀ ਲੋ ਜੀ ਤਿੰਨ ਡੰਗਰ ਨੇ ਜਿਹੜੇ ਵੇਚਣ ਵਾਲੇ ਭਰਾਵਾਂ ਨੂੰ ਵਿਖਾ ਦੇ ਰਹੇ ਨੇ ਉਹ ਜਿਹੜਾ ਸਾਹਿਬ ਜਿਹੜੀਆਂ ਗਾਵਾਂ ਨੇ ਨਾ ਭਾਈ ਰਣਾਂ ਦੀਆਂ ਉਹਨਾਂ ਦੇ ਇੱਕ ਵਾਰੀ ਕੈਮਰਾ ਮਾਰ ਦੋ ਸਾਰੀਆਂ ਤੇ ਅੱਛਾ ਭਾਈਆਂ ਨੇ ਗਾਵਾਂ ਇੱਥੋਂ ਇਹਨਾਂ ਮੰਡੀਆਂ ਤੋਂ ਲਈਆਂ ਨੇ ਜਾਂ ਕੋਈ ਫਾਰਮ ਹੀ ਕਢਾਈਆਂ ਨੇ ਤਲਾ ਸਾਹਿਬ ਹੈ ਗਾਂ ਪਰਲੀ ਵਿਖਾਓ ਨਾ ਬਾਹਰ ਵਾਸੀ ਦੀ ਖੜੀ ਹੈ ਡੱਬੀ ਵੈਨ ਤਕਰੀਬਨ ਮਾਸ਼ਾਅੱਲਾ ਇੱਕ ਝੋਟੀ ਬੁਰੀ ਹੈ ਤੇ ਇੱਕ ਬਰੀਡਰ ਬੁਰਾ ਹੈ ਇਸੇ ਬਰੀਡਰ ਦੀ ਨੇ ਮਸਾਰੀਆਂ
ਇਹਦੇ ਤੂੰ ਕੋਣੀ ਆਣ, ਇਹਦੇ ਤੂੰ ਇੱਕ ਦੀ ਕੋਣੀ, ਇਸ ਤੋਂ ਦੋ ਤਿੰਨ ਹੈ ਲੇਕਿਨ ਹੁਣ ਮਹੀਨਾ ਖੰਡ ਹੋਇਆ। ਠੀਕ ਹੈ, ਉਹਨਾਂ ਦਾ ਇਹ ਫਿਰ ਕੱਚ ਪਾ ਕੇ, ਉਹ ਇਹਦੀ ਕੱਚ ਪਾ ਕੇ ਖੜੀਆਂ ਨਹੀਂ ਖੜੀਆਂ। ਠੀਕ ਹੈ, ਮਾਸ਼ਾਅੱਲਾ ਇਹ ਬਰੀਡਰ ਪੂਰਾ ਜਿਵੇਂ ਵੀ ਆਪਣੇ ਘਰ ਵਾਸਤੇ ਰੱਖ ਲਿਆ ਇਨਸ਼ਾਅੱਲਾ ਕੁਰਬਾਨੀ। ਜੇ ਇਹ ਕਿਸੇ ਭਰਾ ਨੂੰ ਕੋਈ ਛੋਟੀ ਪਸੰਦ ਆ ਜੇ ਤਾਂ ਦੇ ਦਰੋ ਦੇ, ਫਿਰ ਦੇ ਚਾਹ ਦਸਾਨੀਆਂ ਨੂੰ ਪੁੱਠੇ ਪਾਉਣ ਹੁੰਦੇ ਨੇ ਫਿਰ। ਠੀਕ ਹੋ ਗਿਆ ਜੀ, ਲਓ ਜੀ ਇਹ ਵੀ ਸਹੂਲਤ ਭਰਾ ਨੂੰ ਲੱਭ ਗਈ ਹੈ ਮਾਸ਼ਾਅੱਲਾ। ਜੇ ਕਿਸੇ ਵੀ ਭਰਾ ਨੂੰ ਛੋਟੀ ਜਿਹੜੀ ਵੀ ਪਸੰਦ ਆਈ ਨਾ ਤੇ ਰਾਬਤਾ ਕਰ ਲੈਣਾ ਕਿ ਦੇ ਦਰੋ ਦੇ ਛੋਟੀ। ਦੋ ਦੋ ਤਿੰਨ ਤਿੰਨ ਮਹੀਨੇ ਰਹਿ ਗਏ ਨੇ ਵਿੱਚ ਕੁਝ ਛੋਟੀਆਂ ਨੂੰ। ਠੀਕ ਹੈ, ਤਿਆਰ ਨੇ ਦਾ ਮਤਲਬ ਜੀ ਤਿਆਰ ਨੇ, ਕੁਝ ਜਿਹੜੀਆਂ ਨੇ ਉਹ ਕੋਈ ਤਿੰਨ ਚਾਰ ਮਹੀਨੇ ਫਿਰ ਲੈਣੀਆਂ ਨੇ। ਠੀਕ ਹੋ ਗਿਆ, ਅੱਛੀ ਨਸਲ ਦੀਆਂ ਨੇ, ਖੂਬਸੂਰਤ ਨੇ। ਠੀਕ ਹੈ, ਪਾਕਿਸਤਾਨ ਨੂੰ ਆਪਣੇ ਸਹੀ ਮਾਨ ਚ ਰੱਖੇ ਰਹਿਣ ਦੀ ਦੁਨੀਆ ਤੱਕ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫੇਰ ਮਿਲਾਂਗੇ। ਐਸੇ ਵੀਡੀਓ ਦੇ ਨਾਲ ਦਿਓ ਯਾਤਰਾ ਬਰਖਾਲਾ ਸੁਣਨ ਵਾਲੇ ਨਾਲੇ ਦੀ ਆਵਾਜ਼ ਆਵੇ ਤਾਂ ਇਦਾਰੇ ਖਤਮੇ ਨੂੰ ਬੂਹੇ। ਪਾਕਿਸਤਾਨ ਜ਼